ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਮਗਲੋਟਗੰਜ ਦੇ। ਅੱਜ ਬੱਚਿਆਂ ਨੂੰ ਛੁੱਟੀ ਸੀਗੀ ਜੀ, ਬੱਚਿਆਂ ਨੂੰ ਅੱਜ ਆਪਾਂ ਲੈ ਚੱਲੀਏ ਮਗਲੋਟਗੰਜ, ਅਤੇ ਤੁਹਾਨੂੰ ਰਸਤੇ ਦੇ ਸਾਰੇ ਵਿਊ ਦਿਖਾਵਾਂਗੇ ਜੀ, ਵਧੀਆ ਲੋਕੇਸ਼ਨਾਂ ਦਿਖਾਵਾਂਗੇ ਜੀ, ਮਗਲੋਟਗੰਜ ਦੇ ਸਵੀਮਿੰਗ ਪੂਲ ਦੇ ਵੀ ਦਰਸ਼ਨ ਕਰਾਵਾਂਗੇ ਜੀ। ਚਲੋ ਜੀ, ਅੱਜ ਉਹ ਬੱਚਿਓ ਚੱਲੀਏ। ਹਾਂਜੀ ਦੋਸਤੋ, ਆਪਾਂ ਚੱਲੇ ਹਾਂ ਜੀ ਮਗਲੋਟਗੰਜ, ਮਗਲੋਟਗੰਜ ਅੱਜ ਘੁੰਮ ਕੇ ਆਉਂਦੇ ਹਾਂ ਜੀ ਸਾਰਾ। ਅੱਜ ਆਪਾਂ ਸਵੀਮਿੰਗ ਪੂਲ ਵੀ ਦਿਖਾਵਾਂਗੇ ਤੁਹਾਨੂੰ, ਨਜ਼ਾਰੇ ਲਵਾਂਗੇ। ਗਰਮੀ ਥੋੜੀ ਜ਼ਿਆਦਾ, ਬੱਚਿਆਂ ਦੀਆਂ ਵੀ ਚੁੱਭੀਆਂ ਲਵਾਵਾਂਗੇ, ਆਪ ਵੀ ਚੁੱਭੀਆਂ ਮਾਰਾਂਗੇ ਜੀ। ਅੱਜ ਘੁੰਮ ਕੇ ਆਉਂਦੇ ਹਾਂ ਮਗਲੋਟਗੰਜ, ਰਾਸਤੇ 'ਚ ਵੀ ਰੁਕਾਂਗੇ ਜੀ, ਠੰਡੇ ਠੁੰਡੇ ਪੀਵਾਂਗੇ, ਗਰਮੀ ਬਹੁਤ ਜ਼ਿਆਦਾ ਜੀ। ਚਲੋ ਫਿਰ ਚੱਲਦੇ ਹਾਂ ਜੀ, ਚੱਲੀ ਜਾਂਦੇ ਹਾਂ। ਏਅਰ ਬਲੂਨ ਰਾਈਡ ਵੀ ਆਵਰੇ ਉਹਦੇ ਫਸਟ ਟਾਈਮ ਹਿਮਾਚਲ। ਬਾਜ਼ਾਰ ਦੀਆਂ ਰੌਣਕਾਂ ਕਿੱਦਾਂ ਨੇ, ਰੌਣਕ ਬਹੁਤ ਲੱਗੀ ਹੋਈ ਸੀ। ਇੱਥੇ ਦਾ ਵਿਊ ਦੇਖੋ ਜੀ, ਕਿੰਨਾ ਵਧੀਆ ਵਿਊ ਆ ਰਿਹਾ ਜਿੱਥੇ ਅਸੀਂ ਕਮਰਾ ਲਿਆ ਵਾ ਜੀ। ਬਹੁਤ ਵਧੀਆ ਠੰਡੀ ਹਵਾ ਚੱਲਦੀ ਪਈ ਆ। ਪਹਿਲਾਂ ਤਾਂ ਅਸੀਂ ਪਿੱਛੋਂ ਇਹ ਸੋਚ ਕੇ ਆਏ ਸੀ ਕਿ ਨਹਾਵਾਂਗੇ ਆਪਾਂ ਸਵੀਮਿੰਗ ਪੂਲ 'ਚ, ਉੱਥੇ ਸਵੀਮਿੰਗ ਪੂਲ ਆ ਇੱਕ, ਕਿ ਇੱਥੇ ਆ ਕੇ ਦੇਖਿਆ ਜੀ ਇੱਥੇ ਤਾਂ ਜੈਕਟਾਂ ਵਾਲਾ ਮੌਸਮ ਹੋਇਆ ਪਿਆ, ਬਹੁਤ ਜ਼ਿਆਦਾ ਠੰਡ ਹੋਈ ਪਈ ਆ ਜੀ। ਚਲੋ ਜੀ ਫਿਰ ਆਪਾਂ ਚੱਲਦੇ ਹਾਂ ਜੀ ਸਵੀਮਿੰਗ ਪੂਲ ਬਾਜ਼ਾਰ ਦੀ, ਬਾਜ਼ਾਰ ਵੱਲ ਨੂੰ ਚੱਲਦੇ ਹਾਂ, ਉੱਧਰ ਦੀਆਂ ਰੌਣਕਾਂ ਤੁਹਾਨੂੰ ਦਿਖਾਉਂਦੇ ਹਾਂ ਜੀ। ਲਓ ਜੀ, ਜੋ ਮੈਂ ਤੁਹਾਨੂੰ ਉੱਪਰੋਂ ਦਿਖਾਉਣ ਲੱਗਿਆ ਜੀ, ਇੱਥੋਂ ਸਟੇਡੀਅਮ ਦਾ ਵਿਊ ਦਿਖਾਉਣ ਲੱਗਿਆ ਵਾਂ ਜਿੱਥੇ IPL ਦੇ ਮੈਚ ਚੱਲਦੇ ਆ ਜੀ। ਆਹ ਦੇਖੋ ਜੀ, IPL ਦੇ ਜਿੱਥੇ ਮੈਚ ਹੁੰਦੇ ਆ, ਇਹ ਸਟੇਡੀਅਮ ਆ ਜੀ। ਇੰਡੀਆ ਦੀ ਟੀਮ ਇੱਥੇ ਆਉਂਦੀ ਆ ਜੀ, ਖੇਡਦੀ ਆ, ਮੈਚ ਚੱਲਦੇ ਆ ਜੀ। ਇਹ ਸਟੇਡੀਅਮ ਆ ਜੀ, ਇੱਥੇ ਮਗਲੋਟਗੰਜ ਦੇ ਵਿੱਚ ਕ੍ਰਿਕਟ ਦਾ ਸਟੇਡੀਅਮ ਆ, ਬਹੁਤ ਵਧੀਆ ਬਣਿਆ ਹੋਇਆ। ਬਾਜ਼ਾਰ ਦੇ ਵਿੱਚ ਦੇਖੋ ਜੀ, ਪਿੱਤਲ ਦੇ ਭਾਂਡੇ ਪਏ ਆ ਬਹੁਤ ਜ਼ਿਆਦਾ, ਬਹੁਤ ਵਧੀਆ ਮੂਰਤੀਆਂ, ਫੋਟੋਆਂ, ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ। ਲਓ ਜੀ ਦੇਖੋ, ਕਿੰਨੀ ਵਧੀਆ ਦੁਕਾਨਾਂ ਦੀਆਂ ਡੈਕੋਰੇਸ਼ਨ ਵਗੈਰਾ ਕਰੀ ਹੋਈ ਆ, ਦੇਖ ਕੇ ਰੂਹ ਖੁਸ਼ ਹੋ ਗਈ, ਸਾਡਾ ਤਾਂ ਮਨ ਹੀ ਖੁਸ਼ ਹੋ ਗਿਆ ਜੀ। ਮਗਲੋਟਗੰਜ ਆ ਕੇ ਬਹੁਤ ਵਧੀਆ ਏਰੀਆ ਜੀ ਘੁੰਮਣ ਵਾਲਾ, ਮਗਲੋਟਗੰਜ ਛੁੱਟੀਆਂ 'ਚ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਜੀ ਘੁੰਮਣ ਲਈ।
ਸਾਰਾ ਸਮਾਨ ਮਿਲਦਾ ਜੀ ਮਗਲੋਟਗੰਜ। ਦੇਖੋ ਜੀ ਕਿੰਨੇ ਵਧੀਆ ਦੁਪੱਟੇ, ਕਿੰਨੀਆਂ ਵਧੀਆ ਪ੍ਰਿੰਟਿੰਗਾਂ ਹੋਈਆਂ, ਕੋਈ ਵੀ ਸਮਾਨ ਤੁਸੀਂ ਇੱਥੋਂ ਲੈ ਸਕਦੇ ਹੋ। ਆ ਵੀਰੇ ਨੇ ਦੇਖੋ ਕਿੰਨੀਆਂ ਵਧੀਆ ਪੇਂਟਿੰਗਾਂ ਬਣਾ ਕੇ, ਕਿੰਨੀਆਂ ਵਧੀਆ ਪੇਂਟਿੰਗਾਂ ਲਾਈਆਂ ਹੋਈਆਂ ਨੇ ਜੀ। ਆ ਡੰਡੇ ਪਏ ਆ ਜੀ, ਸਭ ਕੁਛ ਮਿਲਦਾ ਜੀ ਇੱਥੋਂ। ਇੱਦਾਂ ਦੇ ਲੋਕ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ, ਇੱਦਾਂ ਦੀ ਡਰੈਸ ਪਾਈ ਆ ਇਹਨਾਂ ਦੇ। ਅਤੇ ਇਹ ਤਿੱਬਤ ਦਾ ਏਰੀਆ ਵੱਜਦਾ ਜੀ, ਮੈਂ ਸੁਣਿਆ ਸੀਗਾ ਤਿੱਬਤ ਦੇ ਏਰੀਏ ਦੇ ਲੋਕ ਨੇ ਜੀ। ਇਹਨਾਂ ਦੀ ਭਾਸ਼ਾ ਵੀ ਕੁਛ ਹੋਰ ਹੀ ਆ ਜੀ, ਸਾਨੂੰ ਕੋਈ ਭਾਸ਼ਾ ਨਹੀਂ ਇਹਨਾਂ ਦੀ ਸਮਝ ਆਈ। ਅੰਗਰੇਜ਼ ਵੀ ਫਾਸਟ ਫੂਡ ਮੂਹਰੇ ਗੇੜੇ ਮਾਰਦੇ ਫਿਰਦੇ ਆ। ਲਓ ਜੀ ਮੈਂ ਤੁਹਾਨੂੰ ਰਸਤੇ ਦੇ ਸਵੀਮਿੰਗ ਪੂਲ ਅਸੀਂ ਜਾਂਦੇ ਪਏ ਹਾਂ, ਰਸਤੇ ਦੇ ਉੱਤੇ ਵਾਲਾ ਵਿਊ ਦਿਖਾਉਣਾ ਜੀ, ਕਿੰਨਾ ਵਧੀਆ ਵਿਊ ਆ ਰਿਹਾ ਜੀ, ਪੂਰਾ ਬਾਗੋ ਬਾਗ ਦਿਲ ਹੋਇਆ ਪਿਆ ਜੀ। ਕੱਪੜਾ ਵੀ ਬਹੁਤ ਡਿਜ਼ਾਇਨ ਵਾਲੀ ਮਿਲਦਾ ਜੀ, ਇੱਥੇ ਮਾਰਕੀਟ ਆ ਪੂਰੀ ਕੱਪੜੇ ਦੀ। ਤੁਸੀਂ ਇੱਥੋਂ ਸਰਦੀਆਂ ਵਾਲਾ ਮਾਲ ਤੁਹਾਨੂੰ ਜ਼ਿਆਦਾ ਮਿਲ ਜੂਗਾ ਜੀ। ਇੱਥੇ ਅਪ੍ਰੈਲ ਮਹੀਨਾ ਜੀ, ਦੇਖੋ ਪੰਜਾਬ 'ਚ ਗਰਮੀ ਕਿੰਨੀ, ਸਾਡੇ ਲੁਧਿਆਣੇ 'ਚ ਤਾਂ ਬਹੁਤ ਜ਼ਿਆਦਾ ਗਰਮੀ ਸੀ, ਇੱਥੇ ਤਾਂ ਹਜੇ ਸਰਦੀਆਂ ਦਾ ਮਾਲ ਵਿਕਦੇ ਆ ਪਿਆ ਜੀ। ਝੂਮਰ, ਲੜੀਆਂ, ਡੈਕੋਰੇਸ਼ਨ ਸਾਰਾ ਸਮਾਨ ਇੱਥੋਂ ਮਿਲਦਾ ਜੀ। ਬਾਲੀਆਂ, ਛੱਲੇ, ਮੁੰਦੀਆਂ, ਜੋ ਮਰਜ਼ੀ ਸਮਾਨ ਇੱਥੋਂ ਖਰੀਦੋ ਜੀ। ਝੂਮਰ, ਡੈਕੋਰੇਸ਼ਨ ਦੇ ਜਮਾਨ ਸਮਾਨ, ਜਿਹੜਾ ਮਰਜ਼ੀ ਸਮਾਨ ਇੱਥੋਂ ਲੈ ਲਓ ਜੀ। ਦੁਕਾਨਾਂ ਨੱਕੋ ਨੱਕ ਫੁੱਲ ਭਰੀਆਂ ਪਈਆਂ ਨੇ, 200 ਰੁਪਏ ਪੂਰਾ ਰੋਹ ਪਿਆ ਪਿਆ ਦੁਕਾਨਾਂ 'ਤੇ। ਆਹ ਦੇਖੋ ਜੀ ਝੰਡੇ, ਰੰਗ ਬਿਰੰਗੇ ਝੰਡੇ ਆ ਜੀ ਇੱਥੇ। ਝੰਡੇ ਜ਼ਿਆਦਾਤਰ ਇੱਦਾਂ ਦੇ ਰੰਗ ਬਿਰੰਗੇ ਝੰਡੇ ਦੇਖਣ ਨੂੰ ਸਾਨੂੰ ਮਗਲੋੜਗੰਜ ਦੇ ਵਿੱਚ ਜ਼ਿਆਦਾ ਮਿਲੇ ਜੀ। ਆਹ ਦੇਖੋ ਪੂਰਾ ਝੌਂਪੜੀ ਵਾਲਾ ਹੋਟਲ ਸੀਗਾ ਜੀ, ਇੱਥੇ ਤੁਸੀਂ ਬਹਿ ਕੇ ਕੋਈ ਵੀ ਚਾਹ, ਪਾਣੀ, ਨੂਡਲ ਖਾ ਸਕਦੇ ਹੋ ਹੋਟਲ ਨੇ ਜੀ। ਇੱਥੇ ਤੁਸੀਂ ਸਵੀਮਿੰਗ ਪੂਲ ਦੇ ਮੂਹਰੇ ਬਿਲਕੁਲ, ਅਗਰ ਤੁਹਾਨੂੰ ਜ਼ਿਆਦਾ ਟਾਈਮ ਹੋ ਜਾਵੇ ਕੋਈ ਹੋਟਲ ਨਾ ਮਿਲੇ, ਤਾਂ ਇਹ ਹੋਟਲਾਂ ਦੇ ਵਿੱਚ ਤੁਹਾਨੂੰ ਕਮਰਾ ਜ਼ਰੂਰ ਮਿਲ ਜਾਏਗਾ ਜੀ, ਬਹੁਤ ਵੱਡੇ ਹੋਟਲ ਨੇ। ਉਹ ਦੇਖੋ ਜੀ ਨਿੱਕਾ ਜਿਹਾ ਜਵਾਕ ਕਿੰਨਾ ਪਿਆਰਾ ਜਿਹਾ ਲੱਗ ਰਿਹਾ ਉਹਨਾਂ ਦੇ ਨਾਲ ਜਾ ਰਿਹਾ। ਹੈਗਾ ਸਵੀਮਿੰਗ ਪੂਲ ਦਾ ਵੀ ਵਿਊ ਤੁਹਾਨੂੰ ਮੈਂ ਦਿਖਾਉਣਾ ਜੀ ਜਾ ਕੇ। ਆਹ ਦੇਖੋ ਜੀ ਸਾਡੇ ਪਿੱਛੇ ਅੰਗਰੇਜ਼ ਵੀ ਸਾਡੇ ਪਿੱਛੇ ਆ ਰਹੇ ਨੇ। ਉਹ ਪਤੰਦਰ ਆਪਦੀ ਸ਼ਲਟੀ ਲਾਈ ਫਿਰਦਾ ਵਾ, ਉਹਨੇ ਸ਼ਲਟੀ ਲਾ ਦੀ ਆਪਦੀ, ਕਹਿੰਦਾ ਮੈਨੂੰ ਤਾਂ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਜੀ, ਲੇਕਿਨ ਠੰਡ ਬਹੁਤ ਆ ਜੀ। ਤੁਸੀਂ ਜਦੋਂ ਵੀ ਮਗਲੋਟਗੰਜ ਆਉਣਾ ਜੀ, ਆਪਦਾ ਕੱਪੜੇ ਜ਼ਰੂਰ ਲਾਣ ਲੈ ਕੇ ਆਓ, ਇੱਥੇ ਸਾਰਿਆਂ ਦੇ ਕੋਟੀਆਂ ਕੱਟੀਆਂ ਪਾਈਆਂ ਹੋਈਆਂ ਨੇ, ਅਸੀਂ ਬਸ ਟੀ ਸ਼ਰਟਾਂ ਦੇ ਵਿੱਚ ਆ ਗਏ ਹਾਂ। ਇਹ ਆ ਜੀ ਵਾਟਰਫਾਲ, ਝਰਨੇ ਦੇ ਉੱਪਰ ਰਸਤਾ ਜਾਂਦਾ ਜੀ, ਬਹੁਤ ਵਧੀਆ। ਅਸੀਂ ਲੇਟ ਹੋਣ ਕਰਕੇ ਇੱਥੇ ਪਹੁੰਚ ਨਹੀਂ ਪਾਏ ਝਰਨੇ ਦੇ ਉੱਤੇ ਜੀ, ਸਾਨੂੰ ਮਨਾ ਕਰ ਦਿੱਤਾ ਗਿਆ ਕਿ ਅੱਗੇ ਡੇਂਜਰ ਏਰੀਆ, ਖਤਰਨਾਕ ਏਰੀਆ ਵਾ ਜੀ, ਕੋਈ ਜਾਨਵਰ ਵਗੈਰਾ ਨਿਕਲ ਸਕਦੇ ਆ। ਤਾਂ ਕਰਕੇ ਵੀਰੇ ਜੀ ਅਗਰ ਤੁਸੀਂ ਜਾਣਾ ਵਾ ਇੱਥੇ ਤਾਂ ਥੋੜ੍ਹਾ ਜਿਹਾ ਜਲਦੀ ਆਉਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਲਓ ਜੀ ਅਸੀਂ ਪਹੁੰਚ ਗਏ ਹਾਂ ਝਰਨੇ 'ਤੇ। ਆਹ ਦੇਖੋ ਮੂੰਹਾਂ ਦੇ ਵਿੱਚ ਦੀ ਕਿਵੇਂ ਪਾਣੀ ਨਿਕਲ ਰਿਹਾ ਜੀ, ਪੂਰਾ ਸਾਫ਼ ਪਾਣੀ, ਫਿਲਟਰ ਵਰਗਾ ਪਾਣੀ ਹੈ ਜੀ, ਚਿੱਟਾ ਦੁੱਧ ਵਰਗਾ। ਇਹਦੇ ਵਿੱਚ ਅਸੀਂ ਪਹੁੰਚ ਗਏ ਪੂਲ 'ਤੇ 5 ਵਜੇ ਅਤੇ ਸ਼ਾਮ 8 ਵਜੇ ਤੱਕ ਜੀ। ਅਤੇ ਗਰਮੀਆਂ ਦੇ ਵਿੱਚ ਜੀ ਮਾਰੀ ਸਮਾਂ ਹੈਗਾ, ਤੈਰਨਾ ਸ਼ੁਰੂ ਕਰਤਾ ਜੀ, ਪੂਰਾ ਮਜ਼ਾ ਆਇਆ ਤੈਰਨ 'ਚ। ਵੀਰੇ ਇੱਥੇ ਉਹੀ ਤੈਰਿਓ ਜਿਹਨੂੰ ਤੈਰੀ ਆਉਂਦੀ ਆ। ਸਵੀਮਿੰਗ ਪੂਲ ਦੇ ਵਿੱਚ ਥੋੜ੍ਹਾ ਜਿਹਾ ਡੂੰਘਾ ਲਿਖਿਆ ਹੋਇਆ ਸੀ, ਇਹਦੀ ਥੋੜ੍ਹੀ ਜਿਹੀ ਹਾਈਟ ਆ। ਜਵਾਕ ਦੇਖੋ ਪੂਰੇ ਨਜ਼ਾਰੇ ਨਾਲ ਨਹਾ ਰਹੇ ਨੇ ਜੀ, ਇੱਕ ਦੂਜੇ ਦੇ ਉੱਤੇ ਠੰਡਾ ਠੰਡਾ ਪਾਣੀ ਪਾ ਰਿਹਾ, ਕਹਿੰਦੇ ਬਹੁਤ ਵਧੀਆ ਫੀਲ ਹੋ ਰਿਹਾ ਜੀ। ਲਓ ਜੀ ਆਪਾਂ ਚੱਲਦੇ ਹਾਂ ਮੰਦਰ। ਇਹ ਮਗਲੋਟਗੰਜ ਦੇ ਵਿੱਚ ਮੰਦਰ ਆ ਜੀ, ਹੁਣ ਆਪਾਂ ਮੰਦਰ ਦੇ ਵਿੱਚ ਮੱਥਾ ਟੇਕ ਲਈਏ ਜੀ। ਇੱਥੇ ਵੀ ਤੁਸੀਂ ਆਇਆ ਕਰੋ ਜੀ, ਜਦੋਂ ਵੀ ਆਉਂਦੇ ਹੋ ਮਗਲੋਟਗੰਜ ਮੱਥਾ ਜ਼ਰੂਰ ਟੇਕ ਕੇ ਜਾਇਆ ਕਰੋ ਜੀ। ਇਹ ਭਾਗ ਸੁਨਾਗ ਮੰਦਰ ਆ ਜੀ, ਇੱਥੇ ਦਾ ਇਤਿਹਾਸ ਮੈਂ ਵੀਡੀਓ ਪਾ ਰਿਹਾ ਜੀ, ਇਹ ਦੇਖ ਲਓ ਜੀ, ਇਹ ਮੰਦਰ ਦਾ ਇਤਿਹਾਸ ਆ ਜੀ, ਇਹ ਜ਼ਰੂਰ ਪੜ੍ਹ ਲਿਓ। ਇਹ ਮੰਦਰ ਦੇ ਵਿੱਚ ਦੇਖੋ ਜੀ ਬੜੀ ਸ਼ਰਧਾ ਨਾਲ ਆਪਾਂ ਮੱਥਾ ਟੇਕਿਆ ਜੀ, ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕ ਰਹੇ ਸੀਗੇ ਜੀ। ਭੋਲੇ ਸ਼ੰਕਰ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਜੀ। ਦੇਖੋ ਸਾਹਮਣੇ ਸ਼ਿਵਲਿੰਗ ਵੀ ਆ ਜੀ, ਆਪਾਂ ਦੇਵੀ ਦੇਵਤੇ ਦੀਆਂ ਮੂਰਤੀਆਂ ਵੀ ਬਹੁਤ ਲੱਗੀਆਂ। ਆਹ ਦੇਖੋ ਜੀ ਗਣੇਸ਼ ਜੀ ਦੀ, ਆਹ ਹੈਗੀ ਆ ਪੌਣਾਹਾਰੀ ਦੀ ਮੂਰਤੀ ਜੀ, ਆਹ ਰਾਮ ਚੰਦਰ ਜੀ ਅਤੇ ਇੱਧਰ ਹੈਗੀ ਆ ਜੀ ਭੋਲੇ ਸ਼ੰਕਰ ਜੀ ਦੀ, ਮਹਾਂਕਾਲ ਜੀ ਦੀ।
ਬਹੁਤ ਵਧੀਆ ਮੰਦਰ ਆ ਜੀ, ਇੱਥੇ ਦਰਸ਼ਨ ਜ਼ਰੂਰ ਕਰਿਓ ਜਦੋਂ ਆਓਗੇ। ਮਗਲੋੜਗੰਜ ਦੇ ਵਿੱਚ ਆ ਸ਼ਨੀਦੇਵ ਦਾ ਮੰਦਰ ਆ ਜੀ, ਸ਼ਨੀਦੇਵ ਦੇ ਮੰਦਰ ਦੇ ਉੱਪਰ ਮੌਸਮ ਬਹੁਤ ਵਧੀਆ ਸਾਫ਼ ਸੁਥਰਾ ਮੌਸਮ ਹੋਇਆ ਪਿਆ ਜੀ, ਥੋੜ੍ਹਾ ਜਿਹਾ ਠੰਡਾ ਜ਼ਰੂਰ ਆ। ਮੈਂ ਤੁਹਾਨੂੰ ਉੱਪਰ ਦਾ ਸੀਨ ਦਿਖਾ ਰਿਹਾ ਜੀ, ਪੂਲ ਦਾ ਉੱਪਰੋਂ ਖੜ੍ਹ ਕੇ ਮੰਦਰ ਦੇ, ਬਹੁਤ ਵਧੀਆ ਮਜ਼ਾ ਆ ਰਿਹਾ ਜੀ। ਇੱਥੇ ਆਲੇ ਦੁਆਲੇ ਰੰਗ ਬਿਰੰਗੇ ਘਰ ਦੇਖ ਕੇ ਬੜਾ ਅਜੀਬ ਹੋ। ਹਾਂਜੀ, ਅਸੀਂ ਮੋਮੋਸ ਕਰਾਏ ਆ ਜੀ, ਹੁਣ ਮੋਮੋਸ ਖਾ ਲਈ ਆ ਆਪਾਂ। ਮਗਲੋੜਗੰਜ ਦੇ ਮੋਮੋਸ ਦਾ ਸਵਾਦ ਦੇਖੀਏ ਕਿੱਦਾਂ ਦਾ ਜੀ। ਇਹ ਜੇ ਮੈਂ ਤੁਹਾਨੂੰ ਉੱਤੋਂ ਸੀਨ ਦਿਖਾਉਂਦਾ ਪਿਆ ਜੀ, ਸ਼ਾਮ ਦਾ ਸਮਾਂ ਹੋ ਗਿਆ ਜੀ, ਲਾਈਟਾਂ ਚੱਲ ਪਈਆਂ ਨੇ, ਬਹੁਤ ਵਧੀਆ ਬਿਲਡਿੰਗਾਂ ਲੱਗਦੀਆਂ ਜੀ, ਨਜ਼ਾਰਾ ਬੰਨਿਆ ਪਿਆ ਮਗਲੋੜਗੰਜ 'ਚ ਤਾਂ ਜੀ। ਆਹ ਦੇਖੋ ਜੀ, ਜਿਹੜਾ ਸਾਹਮਣੇ ਮੈਂ ਤੁਹਾਨੂੰ ਦਿਖਾ ਰਿਹਾ ਜੀ, ਇਹ ਗਰਾਊਂਡ ਆ, IPL ਦਾ ਮੈਚ ਹੁੰਦੇ ਪਏ ਨੇ ਉਰੇ, ਅੱਜ ਮੈਚ ਚੱਲਦਾ ਪਿਆ ਜੀ। ਲਾਈਟਾਂ ਛੱਡਤੀਆਂ ਪੂਰੀਆਂ ਫੁੱਲ, ਇਹਨਾਂ ਨੇ ਬੜੀ ਦੂਰੋਂ ਚਮਕ ਰਿਹਾ ਜੀ ਗਰਾਊਂਡ। ਇੰਡੀਆ ਦੀ ਟੀਮ ਇੱਥੇ ਖੇਡਦੀ ਆ, ਧੋਨੀ ਸਚਿਨ ਹੁਣੀ ਸਭ ਇੱਥੇ ਖੇਡਦੇ ਆ ਜੀ, ਬਹੁਤ ਵਧੀਆ ਗਰਾਊਂਡ ਬਣਿਆ ਹੋਇਆ ਜੀ। ਲਓ ਜੀ, ਕਮਲੇ ਕਰ ਲਈ ਜਿੱਦ, ਕਹਿੰਦਾ ਕਰੀਮ ਰੋਲ ਖਾਣਾ ਜੀ, ਅਤੇ ਤੁਹਾਨੂੰ ਆਪਾਂ ਕਰੀਮ ਰੋਲ ਲੈ ਤਾ ਜੀ। ਮੇਨ ਚੌਂਕ ਦੇ ਵਿੱਚੋਂ ਮਗਲੋੜਗੰਜ ਦੇ ਵਿੱਚ ਇਹ ਦੁਕਾਨ ਆ ਜੀ, ਤੁਸੀਂ ਵੀ ਆਓਗੇ ਵੀਰੇ ਕੋਲੋਂ, ਖਾਣ ਪੀਣ ਨੂੰ ਸਮਾਨ ਬਹੁਤ ਜ਼ਿਆਦਾ ਵਧੀਆ ਮਿਲਦਾ ਜੀ। ਇੱਥੇ ਆਪਾਂ ਕਰਾ ਲਿਆ ਜੀ, ਇੱਕ ਫਲੇਵਰ ਵਾਲਾ ਵੀਰੇ ਨੂੰ ਪੁੱਛਿਆ ਜੀ, ਵੀਰਾ ਕਹਿੰਦਾ ਇੱਧਰਲਾ ਹੈਗਾ ਜੀ ਤਰਬੂਜ ਵਾਲਾ, ਅਤੇ ਇੱਧਰਲਾ ਹੈਗਾ ਆਪਣੇ ਅੰਬ ਵਾਲਾ। ਆਪਾਂ ਅੰਬ ਵਾਲਾ ਕਰਾ ਲਿਆ ਜੀ, ਮੈਂ ਵੀਰੇ ਨੂੰ ਕਿਹਾ ਮੈਂਗੋ ਵਾਲਾ ਕਰ ਦਿਓ, ਮੈਂਗੋ ਵਾਲਾ ਵੀਰੇ ਨੇ ਕਰਤਾ ਜੀ। ਹੁਣ ਔਰੇਂਜ ਵਾਲਾ ਫਲੇਵਰ ਠੀਕ ਹੈ, ਦੇਖਦੇ ਹਾਂ ਕਿੰਨਾ ਟੇਸਟੀ ਲੱਗਦਾ, ਦੇਖੋ ਨਾ ਬੜਾ ਵਧੀਆ ਲੱਗ ਰਿਹਾ ਵਾ। ਆਪਾਂ ਪੀ ਨੂੰ ਖੜਾ ਜਾ ਵੀ ਕਰਦਾ ਸੀ, ਲੇਕਿਨ ਆਪਾਂ ਮੈਂਗੋ ਵਾਲਾ ਪੀਵਾਂਗੇ। ਬਣਾਤਾ ਆਪਾਂ ਨੂੰ ਫਲੇਵਰ, ਲਓ ਪੈਕ ਪਾ ਕੇ ਦਿੱਤਾ ਜੀ ਗਲਾਸ ਦੇ ਵਿੱਚ ਆਪਾਂ ਨੂੰ ਵੀਰੇ ਨੇ। ਲਓ ਜੀ, ਪੀ ਕੇ ਦੇਖੀ ਆਪਾਂ, ਬਹੁਤ ਜ਼ਿਆਦਾ ਟੇਸਟੀ ਆ ਜੀ, ਬਹੁਤ ਜ਼ਿਆਦਾ ਟੇਸਟੀ ਆ। ਤੁਸੀਂ ਵੀ ਆਓਗੇ ਤਾਂ ਇੱਥੇ ਜ਼ਰੂਰ ਇਹਦਾ ਟੇਸਟ ਦੇਖਿਓ ਜੀ। ਲਓ ਜੀ, ਤੁਸੀਂ ਵੀ ਦੇਖੋ, ਅਤੇ ਵੀਰੇ ਆਹ ਸਾਰੇ ਜਣੇ ਗੋਲ ਗੋਲ ਘੁੰਮਾ ਰਹੇ ਸੀ, ਜੇ ਵੀਰੇ ਕਿਸੇ ਨੂੰ ਵੀ ਆਹ ਚੀਜ਼ ਦਾ ਪਤਾ ਹੋਵੇ ਤਾਂ ਇਹ ਆਪਣੇ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਗੋਲ ਗੋਲ ਕਿਉਂ ਘੁੰਮਾਉਂਦੇ ਆ ਜੀ ਇਹਨੂੰ। ਇਹ ਜਦ ਤੁਸੀਂ ਬਹੁਤ ਜ਼ਿਆਦਾ ਵੀਡੀਓ ਫੋਟੋਆਂ ਦੇ ਵਿੱਚ ਇਹ ਚੀਜ਼ ਦੇਖੀ ਹੋਏਗੀ ਜੀ। ਲਓ ਜੀ, ਦੇਖੋ ਸਾਹਮਣੇ ਦੁਕਾਨ ਦੇ ਵਿੱਚ ਲੱਕੜ ਦੀਆਂ ਮੂਰਤੀਆਂ ਬਣਾਈਆਂ ਜੀ, ਬਹੁਤ ਵੱਡੀ ਕਲਾਕਾਰੀ ਆ ਜੀ, ਇੱਦਾਂ ਦੀਆਂ ਮੂਰਤੀਆਂ ਬਣਾਉਣੀਆਂ, ਨਿੱਕੀਆਂ ਨਿੱਕੀਆਂ ਮੂਰਤਾਂ ਬਹੁਤ ਜ਼ਿਆਦਾ ਵਧੀਆ ਬਣਾਈਆਂ ਜੀ। ਇਹ ਮੇਨ ਚੌਂਕ ਆ ਜੀ, ਇੱਥੋਂ ਕੋਈ ਵੀ ਸਮਾਨ ਤੁਸੀਂ ਲੈ ਸਕਦੇ ਜੀ, ਪੁਲਿਸ ਵਾਲੇ ਆਪਣੀ ਪੂਰੀ ਡਿਊਟੀ ਨਿਭਾ ਰਹੇ ਨੇ ਮਗਲੋੜਗੰਜ ਦੇ ਵਿੱਚ, ਕੋਈ ਵੀ ਗੱਡੀ ਦਾ ਜਾਮ ਨਹੀਂ ਲੱਗਣ ਦੇ ਰਹੇ, ਨਾ ਚੌਂਕ ਦੇ ਵਿੱਚ ਕੋਈ ਗੱਡੀ ਖੜ੍ਹ ਨਹੀਂ ਦੇ ਰਹੇ ਆ। ਅਤੇ ਰਾਤ ਨੂੰ ਇੱਥੇ ਬਹੁਤ ਜ਼ਿਆਦਾ ਮੌਸਮ ਵਧੀਆ ਹੋ ਜਾਂਦਾ ਜੀ, ਅਤੇ ਉੱਤੇ ਬਾਰ ਬੂਰ ਵੀ ਬਣੇ ਹੋਏ ਆ, ਜੇ ਕੋਈ ਬੰਦਾ ਪੈਗ ਪੁੱਗ ਲਾਉਣ ਵਾਲਾ ਵਾ ਉੱਤੇ ਬੈਠੇ ਨੇ ਜੀ ਸਾਰੇ, ਪਰ ਆਪਾਂ ਨਾ ਇੱਦਾਂ ਦਾ ਕੋਈ ਕੰਮ ਵਾਲਾ ਬੰਦਾ ਹੈ ਨਹੀਂ ਜੀ। ਸਾਹਮਣੇ ਦੇਖੋ ਜੀ, ਕਿੰਨਾ ਵਧੀਆ ਰਾਊਂਡ ਘੁੰਮ ਰਿਹਾ ਵਾ ਜੀ, ਅਤੇ ਇੱਥੇ ਸਿਆਲਾਂ ਦੇ ਕੱਪੜੇ ਬਹੁਤ ਜ਼ਿਆਦਾ ਵਧੀਆ ਵਿਕਦੇ ਪਏ ਆ ਜੀ। ਹਜੇ ਤੱਕ ਅਪ੍ਰੈਲ ਮਹੀਨਾ ਹੋ ਗਿਆ ਜੀ, ਆ ਕਾਤੀਆ ਫਿਲਮ ਵਾਲੀਆਂ ਟੋਪੀਆਂ ਪਈਆਂ ਨੇ ਜੀ, ਸਨੀ ਦਿਓਲ ਵਾਲੀਆਂ ਘਾਤਕ ਦੀਆਂ, ਜਿਹ 'ਚ ਕਾਤੀਆ ਫਿਲਮ ਕਾਤੀਏ ਨੇ ਲਈ ਹੋਈ ਸੀਗੀ ਜੀ ਟੋਪੀ, ਹਜੇ ਤੱਕ ਉਹ ਟੋਪੀਆਂ ਵਿਕ ਰਹੀਆਂ ਨੇ ਇੱਥੇ ਜੀ। ਇੰਨੀ ਜ਼ਿਆਦਾ ਠੰਡ ਪੈ ਰਹੀ ਆ ਅਪ੍ਰੈਲ ਦੇ ਮਹੀਨੇ ਦਾ ਜੀ। ਪਿੱਤਲ ਦੇ ਭਾਂਡੇ ਜੀ, ਪਿੱਤਲ ਦੇ ਭਾਂਡੇ, ਫੋਟੋਆਂ ਵਗੈਰਾ, ਫੋਟੋਆਂ ਦਾ ਸਾਨੂੰ ਕੁਛ ਇੰਨੀ ਨੌਲੇਜ ਹੈ ਨਹੀਂ ਜੀ, ਆ ਫੋਟੋਆਂ ਦੇ ਕੀ ਬਣਿਆ ਹੋਇਆ ਜੀ, ਇਹਨਾਂ ਦਾ ਕੋਈ ਧਰਮ ਬਾਰੇ ਆ ਜੀ। ਚਲੋ, ਸਾਰਿਆਂ ਦੇ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਆ ਜੀ। ਆ ਪਿੱਤਲ ਦੇ ਭਾਂਡੇ ਆ ਜੀ, ਇਹਨਾਂ ਦੇ ਉੱਪਰ ਇਹਨਾਂ ਦੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਬਣੀਆਂ ਹੋਈਆਂ ਨੇ ਜੀ। ਬਾਕੀ ਵੀਰੇ, ਸਾਨੂੰ ਮਗਲੋੜਗੰਜ ਆ ਕੇ ਇੱਦਾਂ ਲੱਗ ਰਿਹਾ ਜੀ ਜਿਵੇਂ ਅਸੀਂ ਚਾਈਨਾ ਦੇ ਵਿੱਚ ਆ ਗਏ ਹੁੰਦੇ ਹਾਂ, ਥੋੜ੍ਹਾ ਜਿਹਾ ਚਾਈਨਾ ਚਾਈਨਾ ਫੀਲ ਹੋ ਰਿਹਾ ਵਾ, ਜਿੱਦਾਂ ਚਾਈਨਾ ਦੇ ਵਿੱਚ ਹੁੰਦੇ ਹਾਂ। ਦੇਖੋ ਜੀ, ਅੰਗਰੇਜ਼ ਗੋਰੇ ਗੋਰੀਆਂ ਕਿੱਦਾਂ ਸ਼ੋਪਿੰਗ ਕਰਦੀਆਂ ਨੇ ਜੀ। ਹੁਣ ਆਪਾਂ ਨੂੰ ਲੱਗੀ ਆ ਪਿਆਸ ਜੀ, ਆਪਾਂ ਪੀਏ ਹਿੱਲ, ਆਪਾਂ ਹੁਣ ਹਿੱਲ ਜਾਣਾ ਜੀ, ਆਪਾਂ ਚਲੀ ਆ ਗਏ। ਲਓ ਜੀ, ਆਪਾਂ ਰਾਤ ਦਾ ਸੀਨ ਦਿਖਾਉਂਦੇ ਪਏ ਹਾਂ ਜੀ ਤੁਹਾਨੂੰ ਉੱਤੋਂ। ਉਹ ਦੇਖੋ ਜੀ, ਕਿੰਨਾ ਵਧੀਆ ਜੁਗਨੂ ਵਾਂਗੂ ਲਾਈਟਾਂ ਚੱਲਦੀਆਂ ਪਈਆਂ ਨੇ ਜੀ, ਬਹੁਤ ਵਧੀਆ ਲਾਈਟ ਲੱਗਦੀ ਪਈ ਆ। ਧਰਮਸ਼ਾਲਾ ਏਰੀਆ ਬਹੁਤ ਵਧੀਆ ਜੀ। ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ ਵੀਰੇ ਨਵੀਆਂ ਵੀਡੀਓ ਦੇਖਣ ਲਈ।
ਤੁਹਾਨੂੰ ਅਗਲੀਆਂ ਮੇਰੀਆਂ ਵੀਡੀਓ ਸਾਰੀਆਂ ਦਿਖਦੀਆਂ ਰਹਿਣਗੀਆਂ ਜੀ। ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਘੰਟੀ ਵਾਲਾ ਬਟਨ ਦਬਾ ਦਿਓ ਜੀ। ਲਓ ਜੀ, ਆਪਾਂ ਸਵੇਰ ਦੇ ਵੱਜੇ ਗਿਆ 5:30 ਅਤੇ ਆਪਾਂ ਪਹੁੰਚ ਗਏ ਪਾਰਕਿੰਗ 'ਚ ਜਿੱਥੇ ਆਪਾਂ ਗੱਡੀ ਲਾਈ ਸੀਗੀ। ਆਪਾਂ ਲੱਭ ਲੈਂਦੇ ਹਾਂ ਆਪਣੀ ਔਨ ਕਿੱਥੇ ਖੜੀ ਹੈ ਜੀ ਗੱਡੀ। ਲਓ ਜੀ, ਆਪਣੀ ਗੱਡੀ ਕੋਲ ਆਪਾਂ ਪਹੁੰਚ ਚੁੱਕੇ ਹਾਂ ਜੀ। ਆਹ ਖੜੀ ਆਪਣੀ ਗੱਡੀ 9723 PV10DL। ਲਓ ਜੀ ਦੋਸਤੋ, ਮੇਰਾ ਨਵੀਆਂ ਵੀਡੀਓ ਸਾਰੀਆਂ ਦੇਖਣ ਲਈ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਮੈਂ ਤੁਹਾਨੂੰ ਹੋਰ ਜਗ੍ਹਾਵਾਂ 'ਤੇ ਵੀਡੀਓ ਪਾਉਂਦਾ ਰਹਾਂਗਾ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਮਿੱਤਰਾਂ ਨੇ ਮੇਰੀ ਵੀਡੀਓ ਦੇਖੀ ਅਤੇ ਅਗਲੀਆਂ ਵੀਡੀਓ ਤੁਸੀਂ ਦੇਖਦੇ ਰਹੋਗੇ। ਓਕੇ, ਆਪਾਂ ਮਿਲਦੇ ਹਾਂ ਜੀ ਆਪਣੇ ਅਗਲੇ ਵਲੌਗ ਦੇ ਵਿੱਚ।